ਪ੍ਰਾਈਮ ਏਸ਼ੀਆ ਟੈਲਿਵਿਜ਼ਨ ਦੇ ਸਾਰੇ ਹੀ ਦਰਸ਼ਕਾਂ ਨੂੰ ਸੰਜੀਪ ਤਵੰਦ ਦਾ ਸਸਵੀਕਾ ਨਮਸਕਾਰ ਅਦਾਬ ਦੋਸਤੋ ਪ੍ਰਾਈਮ ਇਲੈਕਸ਼ਨ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਇੱਕ ਐਸੇ ਮਹਿਮਾਨ ਹਨ ਜਿਹੜੇ ਨਾ ਤਾਂ ਜੀਟੀਏ ਦੇ ਵਿੱਚ ਹਨ ਨਾ ਹੀ ਉਹ ਮੈਂਬਰ ਪਾਰਲੀਮੈਂਟ ਕੈਂਡੀਡੇਟ ਹਨ ਉਹਨਾਂ ਦਾ ਨਾਮ ਹੈ ਰਾਜਨਸਾਨੇ ਆਰਓ ਮਿਨਿਸਟਰ ਆਫ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਅਲਬਰਟ ਹਚਨੇ ਸੋ ਇਸ ਵਿਸ਼ੇਸ਼ ਮਹਿਮਾਨ ਦੇ ਨਾਲ ਗੱਲ ਕਰਦੇ ਹਾਂ ਰਾਜਨ ਜੀ ਤੁਸੀਂ ਜੀਟੀਏ ਕੀ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਸੰਜੀਵ ਜੀ ਬੜੀ ਖੁਸ਼ੀ ਹੋ ਰਹੀ ਹੈ ਜੀ ਤੁਹਾਨੂੰ ਮਿਲ ਕੇ ਮੈਂ ਵੈਸੇ ਘੱਟ ਆਉਂਦੀ ਹਾਂ ਜੀਟੀਏ ਵੱਲ ਪਰ ਮੇਰੀ ਬੇਟੀ ਹਿੱਸਾ ਲਾ ਰਹੀ ਹੈ ਇਨ ਦ ਮਿਸ ਕੈਨੇਡਾ ਯੂਨੀਵਰਸ ਕੰਪੀਟੀਸ਼ਨ ਓ ਮਿਸ ਕੈਨੇਡਾ ਯੂਨੀਵਰਸ ਵਾਓ ਹਾਂ ਜੀ ਹਾਂ ਜੀ ਇਸ ਸਮੇਂ ਕੰਪੀਟੀਸ਼ਨ ਕਦੋਂ ਹੈ ਕੰਪੀਟੀਸ਼ਨ ਅੱਜ ਸ਼ਾਮੀ ਹੋਏਗਾ ਐਂਡ ਸੈਟਰਡੇ ਸ਼ਾਮੀ ਸੋ ਦੈਟਸ ਗ੍ਰੇਟ ਆਲ ਦ ਬੈਸਟ ਫਾਰ ਹਰ ਥੈਂਕ ਯੂ ਜੀ ਉਹਨੇ ਬੜੀ ਮਿਹਨਤ ਕੀਤੀ ਹੈ ਸ਼ੀਜ਼ ਅ ਕਰੰਟ ਮਿਸ ਕੈਲਗਰੀ ਸੋ ਅਸੀਂ ਉਹਨਾਂ ਦੀ ਸਪੋਰਟ ਕਰਨ ਵਾਸਤੇ ਆਏ ਹੋਏ ਹਾਂ ਅੱਛਾ ਤੇ ਇਹਦੇ ਨਾਲ ਨਾਲ ਕਿਉਂਕਿ ਤੁਸੀਂ ਪੋਲਿਟਿਕਲ ਲੀਡਰ ਹੋ ਕੰਜ਼ਰਵੇਟਰ ਪਾਰਟੀ ਦੇ ਤੁਸੀਂ ਮਿਨਿਸਟਰ ਹੋ ਅਲਬਰਟਾ ਦੇ ਵਿੱਚ ਹਾਂਜੀ ਤੇ ਕੀ ਕੋਈ ਇਸ ਵਿਜ਼ਿਟ ਦੇ ਨਾਲ ਪੋਲਿਟਿਕਲ ਕਨੈਕਸ਼ਨ ਵੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਹੁਣ ਅੱਜਕੱਲ੍ਹ ਤੇ ਇਹ ਤਾਂ ਮੇਰਾ ਕੰਮ ਹੈਗਾ ਆ ਅਰਪਨ ਖੰਨਾ ਜੀ ਨੂੰ ਤੁਸੀਂ ਜਾਣਦੇ ਹੈਗੇ ਆ ਨਾ ਹਾਂਜੀ ਉਹਦੇ ਨਾਲ ਮੇਰੀ ਕਾਫੀ ਗੱਲਬਾਤ ਹੁੰਦੀ ਰਹਿੰਦੀ ਆ ਔਰ ਮੈਂ ਉਹਨੇ ਦੀ ਵੀ ਸਪੋਰਟ ਕਰਨ ਆਈ ਹੈਗੀ ਆ ਉਹ ਸਾਡੇ ਪ੍ਰੀਮੀਅਰ ਸਾਹਿਬ ਨਾਲ ਕਾਫੀ ਨਜ਼ਦੀਕ ਰਹੇ ਹੈਗੇ ਆ ਉਹਨਾਂ ਵਾਸਤੇ ਕੰਮ ਵੀ ਕਰ ਰਹੇ ਸੀ ਸੋ ਹੀ ਹੀ ਇਜ਼ ਏ ਅਮੇਜ਼ਿੰਗ ਕੈਂਡੀਡੇਟ ਸੋ ਆਮ ਹੇਅਰ ਟੂ ਸਪੋਰਟ ਹਿਮ ਟੂ ਅਮ ਅਰਪਨ ਜਿਨੇ ਉਹ ਪਿਛਲੇ ਦਿਨਾਂ ਦੇ ਵਿੱਚ ਪ੍ਰਾਈਮ ਏਸ਼ੀਆ ਟੈlevision ਦੇ ਸਟੂਡੀਓ ਚ ਆਈ ਸੀ ਅਸੀਂ ਇੰਟਰਵਿਊ ਕੀਤਾ ਸੀਗਾ ਔਰ ਅ ਦਸ਼ਕ ਨੇ ਨੋ ਯੂਰ ਕੈਂਡੀਡੇਟ ਦੇ ਤਹਿਤ ਉਹਨਾਂ ਦੀਆਂ ਇੰਟਰਵਿਊਜ਼ ਜ਼ਰੂਰ ਸੁਨੀਆਂ ਹੋਣਗੀਆਂ ਸੋ ਤੁਸੀਂ ਅਰਪਨ ਨੂੰ ਕਿਉਂ ਸਪੋਰਟ ਕਰ ਰਹੇ ਹੋ ਕਿਉਂਕਿ ਇੱਕ ਤਾਂ ਉਹ ਕਾਫੀ ਵਧੀਆ ਕੈਂਡੀਡੇਟ ਹੈਗੇ ਨੇ ਉਹਨਾਂ ਕੋਲ politcal experience ਵੀ ਹੈਗਾ ਹੈ ਉਹਨਾਂ ਦੀ ਪੜ੍ਹਾਈ ਵੀ ਬਹੁਤ ਅੱਛੀ ਹੈ ਉਹਨੇ ਰੀਸੈਂਟਲੀ ਆਪਣੀ ਲਾ ਡਿਗਰੀ ਖਤਮ ਕੀਤੀ ਸੀ ਔਰ ਜਿਸ ਤਰ੍ਹਾਂ ਮੈਂ ਕਹਿ ਰਹੀ ਸੀ ਸਾਡੇ ਪ੍ਰੀਮੀਅਰ ਸਾਹਿਬ ਨਾਲ ਵੀ ਉਹਨੇ ਕਾਫੀ ਕੰਮ ਕੀਤਾ ਹੈਗਾ ਸੋ ਜਸਟ ਬਿਕਾਜ਼ ਆਫ ਦੈਟ ਕਲੋਸਨੈਸ ਉਹਨਾਂ ਦੀ ਜਾਣਕਾਰੀ ਵੀ ਹੈਗੀ ਹੈ ਜਿਹੜੇ ਸਾਡੇ ਇਸ਼ੂਸ ਹੈਗੇ ਨੇ ਫੈਡਰਲੀ ਪ੍ਰੋਵਿੰਸ਼ਲੀ ਹੀ ਇਜ਼ ਹੀ ਇਜ਼ ਅ ਵੈਲ ਵੈਲ ਵਰਸਡ ਕੈਂਡੀਡੇਟ ਇਨ ਆਲ ਆਫ ਥੀਸ ਇਸ਼ੂਸ ਸੋ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਰਾਜਨ ਸਾਨੀ ਜੀ ਦੇ ਨਾਲ ਕਾਫੀ ਕੁਐਸਚਨਸ ਉਹਨਾਂ ਦੇ ਨਾਲ ਡਿਸਕਸ ਕਰਾਂਗੇ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਉਹਨਾਂ ਦੀ رائے ਜਾਣਾਂਗੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਬਹੁਤ ਹੀ ਸਿੰਪਲ ਤੇ ਜਨਰਲ ਕੁਐਸਚਨ ਪੁੱਛਣਾ ਚਾਹਣਾ ਹਾਂ ਜੀ ਕਿ ਜਿਹੜੀ ਇਸ ਵੇਲੇ ਆ ਕੈਨੇਡਾ ਦੀ ਫੈਡਰਲ ਸਰਕਾਰ ਹੈ ਜੋ ਕਿ ਰਾਈਟ ਆਨਰੇਬਲ ਜਸਟਨ ਟ੍ਰੂਡੋ ਦੇ ਅੰਡਰ ਹੈ ਐਂਡ ਲੀਡਰਸ਼ਿਪ ਹੈ ਉਹਨਾਂ ਨੂੰ ਤੁਸੀਂ ਕਿੰਨੇ ਮਾਰਕਸ ਦਿੰਦੇ ਹੋ ਤੁਸੀਂ ਉਹਨਾਂ ਦੀਆਂ ਪਾਲਿਸੀਜ਼ ਦਾ ਤੁਹਾਡਾ ਕੀ ਰਿਫਲੈਕਸ਼ਨ ਹੈ ਹਾਂਜੀ ਸੰਜੀਵ ਜੀ ਮਾਰਕਸ ਮੈਂ ਬਿਲਕੁਲ ਕੱਟ ਦੇਵਾਂਗੀ ਕੱਟ ਦਿਓਗੇ ਇਸ ਕਰਕੇ ਕਿ ਉਹ ਵਿਰੋਧੀ ਪਾਰਟੀ ਦੇ ਨੇ ਉਹ ਦੂਸਰੀ ਪਾਰਟੀ ਦੇ ਨੇ ਜਾਂ ਤੁਸੀਂ ਸਮਝਦੇ ਹੋ ਕਿ ਉਹਨਾਂ ਕੰਮ ਨਹੀਂ ਕੁਛ ਕੀਤੇ ਨੇ ਪੂਰੀ ਸਰਕਾਰ ਵੱਲ ਮੈਂ ਸਰਕਾਰ ਬਾਰੇ ਮੈਂ ਗੱਲ ਕਰਾਂਗੀ ਇੱਕ ਤਾਂ ਸਾਡੀ ਜਿਹੜੀ ਇਕਨੋਮਿਕ ਡਿਵੈਲਪਮੈਂਟ ਹੈਗੀ ਉਹ ਕਾਫੀ ਘਟ ਗਈ ਹੈਗੀ ਆ ਉਹਨੇ ਜਿਹੜੀ ਬਿਲ C69 ਬਿਲ C480 30 ਜਿਹੜੀਆਂ ਨਵੀਆਂ ਪਾਲਿਸੀਜ਼ ਐਂਡ ਬਿਲਸ ਉਹਨੇ ਨੇ ਪਾਸ ਕੀਤਿਆਂ ਹੈਗੀਆਂ ਸਾਡੇ ਪੂਰੇ ਦੇਸ਼ ਲਈ ਇਟਸ ਇਟਸ ਅ ਪ੍ਰੋਬਲਮ ਫਾਰ ਦ ਹੋਲ ਕੰਟਰੀ ਉਹਨਾਂ ਮਾਥਾ ਸਾਡਾ ਸੂਬਾ ਹੈਗਾ ਐ ਅਲਬਰਟਾ ਔਰ ਉਥੇ ਓਇਲ ਐਂਡ ਗੈਸ ਇੰਡਸਟਰੀ ਜਿਆਦਾ ਚੱਲ ਰਹੀਆ ਤੇ ਜਿਹੜੀਆਂ ਪਾਈਪਲਾਈਨਸ ਦੀਆਂ ਵੀ ਪਾਲਿਸੀਜ਼ ਹੈਗੀਆਂ ਉਹਨੇ ਨੇ ਨਾਰਥਰਨ ਗੇਟਵੇ ਦੀ ਕੈਨਸਲੇਸ਼ਨ ਕੀਤੀ ਬਹੁਤੇ ਘਾਟਾ ਹੋਇਆ ਸਿਰਫ ਸਾਡੇ ਪ੍ਰੋਵਿੰਸ ਦਾ ਨਹੀਂ ਪਰ ਪੂਰੇ ਦੇਸ਼ ਦਾ So there's a number of things that have been done by the current uh, federal government that have impacted our economy. ਅ ਲਾਸਟ ਕੁਛ ਦਿਨਾਂ ਦੇ ਵਿੱਚ ਗੱਲਬਾਤ ਹੋਈ ਐਸਐਨਸੀ 11 ਦੇ ਬਾਰੇ ਵਿੱਚ। ਹਾਂਜੀ। ਅ ਔਰ ਮੰਨਿਆ ਜਾਂਦਾ ਕਿ ਕੁਝ ਗਲਤੀ ਜਿਹੜੀ ਹੈਗੀ ਆ ਉਹ ਫੈਡਰਲ ਗਵਰਨਮੈਂਟ ਤੋਂ ਹੋਈ ਐ। ਹਾਂਜੀ। ਤੁਸੀਂ ਕੀ ਦੱਸਣਾ ਚਾਹੋਗੇ ਦਰਸ਼ਕਾਂ ਨੂੰ ਤੁਹਾਡੀ ਉਹਦੇ ਬਾਰੇ ਕੀ ਅੰਡਰਸਟੈਂਡਿੰਗ ਹੈ? ਹਾਂਜੀ ਮੈਂ ਵੀ ਕੱਲ ਸ਼ਾਮੀ ਖਬਰ ਪੜ੍ਹੀ ਸੀ ਇਸ ਸਬਾਰੇ ਔਰ ਮੈਨੂੰ ਪਤਾ ਹੈ ਕਿ ਸਾਡੇ ਪੀਐਮ ਨੇ ਇਸ ਤਰ੍ਹਾਂ ਕਿਹਾ ਸੀ ਵੀ ਉਹਨਾਂ ਨੂੰ ਫਿਕਰ ਸਿਕਾ ਜੌਬਸ ਆ ਹੈਨਾ ਜਿਹੜੀਆਂ ਜੌਬਸ ਆ ਗੀਆਂ ਵਿਦ ਐਸ ਐਨ ਸੀ ਲਾਵਲਨ ਔਰ ਮੈਂ ਬਸ ਇਹ ਹੀ ਸੋਚਦੀ ਆਂ ਵੀ ਸਾਡੇ ਅਲਬਰਟ ਵਿੱਚ 2014-2015 ਤੋਂ ਬਾਅਦ ਵੀਵ ਲੌਸਟ ਅਬਾਊਟ 180000 ਜੌਬਸ ਵੀ ਜੌਬਸ ਜੀ ਇਨਾ ਫਿਕਰ ਹੈ ਪੂਰੇ ਮੁਲਕ ਵਿੱਚ ਪੂਰੀ ਦੇਸ਼ ਵਿੱਚ ਦੇਖਣਾ ਚਾਹੀਦਾ ਹੈ ਵੀ ਜੌਬਸ ਕਿੱਥੇ ਜਾ ਰਹੀਆਂ the under figure hai ga jobs wale te jehdiya sadian federal policies hagiyan ne they should be pro economic pro business pro development so we can create those job opportunities for all canadians <re> dates, uh but e kya ja raha hai ke unhanu khatra se ke 8000 jobs us company de jehdiya hagiyan ne o lose karan ge don't you think o bhi ek important aspect hai ga aur unhan ne koi bhi out of the way ja ke ਆ ਉਸ ਕੰਪਨੀ ਦੀ ਹੈਲਪ ਨਹੀਂ ਕੀਤੀ ਜੋ ਕੁਝ ਵੀ ਉਹ ਗੱਲਬਾਤ ਕਰ ਰਹੀ ਸੀ ਜੋ ਜਸਟ ਜਿਹੜੇ ਆਪਣੇ ਗਵਰਨਮੈਂਟ ਦੇ ਕਾਉਂਟਰਪਾਰਟਸ ਸੀ ਜਿਹੜੇ ਉਹਨਾਂ ਦੇ ਹਿੱਸੇਦਾਰ ਸਿਗੇ ਚਾਹੇ ਉਹ ਟਾਊਨਿੰਗ ਜਨਰਲ ਸੀ ਜਾਂ ਹੋਰ ਸੀ ਉਹਨਾਂ ਨੂੰ ਇਹ ਕਹਿ ਰਹੇ ਸੀ ਕਿ ਇਹਨੂੰ ギਵਨ ਦ ਰੂਲਸ ਦੇ ਤਹਿਤ ਰਿਵਿਊ ਕਰੋ ਇਹਦੇ ਵਿੱਚ ਕੀ ਉਹਨਾਂ ਨੇ ਗਲਤ ਕੀਤਾ ਜੋ 8000 ਜੌਬਸ ਬਚਾਉਣਾ ਚਾਹੁੰਦੇ ਸਨ ਦੇਖੋ ਜੀ ਜਿਹੜੇ ਐਥਿਕਸ ਕਮਿਸ਼ਨਰ ਹੈਗੇ ਆ ਉਹਨਾਂ ਨੇ ਇਹ ਤਾਂ ਡਿਸਾਈਡ ਕੀਤਾ ਵੀ ਉਹਨਾਂ ਨੇ ਗਲਤ ਕੰਮ ਕੀਤਾ ਸੀ ਐਂਡ ਵੀ ਹੈਵ ਟੂ ਗੋ ਵਿਦ दैट ਡਿਸੀਜਨ ਐਂਡ ਆ ਐਂਡ ਆ ਅਗਰੀ ਵਿਦ ਆਟ ਡਿਸੀਜਨ ਕੀ ਸਾਰੇ ਤਰੀਕੇ ਹੁੰਦੇ ਆ ਜੇ ਤੁਸੀਂ ਜੌਬਸ ਨੂੰ ਬਿਚਾਉਣਾ ਚਾਹੁੰਦੇ ਆ ਕਿ ਸਾਰੇ ਸਹੀ ਤਰੀਕੇ ਉਹਨੇ ਦੇ ਤੌਰ ਤੇ ਤੁਰਨਾ ਚਾਹੀਦਾ ਐ ਐਟ 올 ਟਾਈਮਸ ਇਜ਼ ਵਾਟ ਆਈ ਬੀਲੀਵ ਓਕੇ ਹੁਣ ਥੋੜੀ ਜੀ ਗੱਲ ਆਪਾਂ ਜਿਹੜੀ ਹੈਗੀ ਆ ਕਰਦੇ ਆ ਆ ਅਲਬਰਟਾ ਬਾਰੇ ਵੀ ਕਿਉਂਕਿ ਜੋ ਅਲਬਰਟਾ ਦੇ ਵਿੱਚ ਕਨਜ਼ਰਵੇਟਿਵ ਗਵਰਨਮੈਂਟ ਆ ਐਸੋ ਲਈ ਸਾਡੇ ਕੋਲ ਅੰਟੇਰੀਅ ਕਨਜ਼ਰਵੇਟਿਵ ਗਵਰਨਮੈਂਟ ਜਦੋਂ ਆਪਾਂ ਪਾਲਿਸੀਜ਼ ਦੇਖਦੇ ਆ ਚਾਹੇ ਉਹ ਫੈਡਰਲ ਲੈਵਲ ਤੇ ਹੋਣਗੀਆਂ ਇਹ ਠੀਕ ਹੈ ਕਿ ਇਸ਼ੂਸ ਅਲੱਗ ਅਲੱਗ ਨੇ ਪਰ ਹੈਲਥ ਕੇਅਰ ਦਾ ਇਸ਼ੂ ਹੈ ਜਾਂ ਆਪਣੇ ਦੂਸਰੇ ਇਸ਼ੂਸ ਨੇ ਚਾਹੇ ਕਲਾਈਮੇਟ ਦਾ ਇਸ਼ੂ ਹੈ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਚਾਹੇ ਪ੍ਰੋਵਿੰਸ਼ੀਅਲ ਪਾਰਟੀਆਂ ਹੈ ਚਾਹੇ ਉਹ ਫੈਡਰਲ ਪਾਰਟੀਆਂ ਹੈ ਉਹ ਕੁਝ ਨਾ ਕੁਝ ਕਨੈਕਸ਼ਨ ਜ਼ਰੂਰ ਹੁੰਦਾ ਔਰ ਇਹਦੇ ਚ ਇੱਕ ਜਿਹੜੀ ਚੀਜ਼ ਮੇਰੇ ਨੌਲੇਜ ਚਾਹੀਏ ਉਹ ਇਹ ਲੱਗਦਾ ਉਹ ਇਹ ਕਿ ਲਾਸਟ ਈਅਰ ਜਦੋਂ ਉਥੇ ਇਲੈਕਸ਼ਨ ਸੀ ਕਿ ਕੈਲਗਰੀ ਦੇ ਵਿੱਚ ਤੋ ਇਨ ਅਕਤੂਬਰ ਲਾਸਟ ਈਅਰ ਮਿਸਟਰ ਕੈਨੀ ਜਿਹੜੇ ਕਿ ਤੁਹਾਡੀ ਪਾਰਟੀ ਦੇ ਲੀਡਰ ਨੇ ਅਲਬਰਟਾ ਚ ਉਹਨਾਂ ਨੇ ਕੈਲਗਰੀ ਚੈਂਬਰ ਆਫ ਕਮਰਸ ਐਂਡ ਦੇ ਵਿੱਚ ਇਹ ਕਿਹਾ ਸੀ ਕਿ ਆਈ ਡਿਡਨਟ ਵਾਂਟ ਟੂ ਗੈਟ ਬੌਗ ਡਾਊਨ ਵਿਦ ਪਬਲਿਕ ਕੰਸਲਟੇਸ਼ਨਸ ਸੋ ਥੈਟ ਮੀਨਸ ਕਿ ਇੱਕ ਕਿਸੇ ਕਿਸਮ ਦੀ ਡੈਮੋਕ੍ਰੈਟਿਕ ਡਿਕਟੇਟਰਸ਼ਿਪ ਹੈ ਕਿ ਉਹ ਲੋਕਾਂ ਦੀਆਂ ਗੱਲਾਂ ਨਹੀਂ ਸੁਣਨਗੇ ਇਨ ધ ਨੇਮ ਆਫ ਐਫੀਸ਼ੀਐਂਸੀ ਐਂਡ ਸਪੀਡ اور ਉਹ ਰਿਫਲੈਕਸ਼ਨ ਜਿਹੜੀ ਹੈਗੀ ਹੈ ਉਹ ਫੈਡਰਲ ਲੈਵਲ ਤੇ ਕਿ ਕੀ ਕੰਜ਼ਰਵੇਟਿਵ ਸਰਕਾਰਾਂ ਚਾਹੇ ਉਹ ਪ੍ਰੋਵਿੰਸ਼ੀਅਲ ਲੈਵਲ ਤੇ ਨੇ ਚਾਹੇ ਉਹ ਫੈਡਰਲ ਲੈਵਲ ਤੇ ਨੇ ਉਹ ਇਹ ਸੋਚਦੀਆਂ ਕਿ ਲੋਕਾਂ ਨੂੰ ਪੁੱਛਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਜਿੱਤ ਗਏ ਹਾਂ ਤੇ ਇਸ ਕਰਕੇ ਅਸੀਂ ਜੋ ਮਰਜ਼ੀ ਕਰੀਏ ਨਹੀਂ ਜੀ ਇਸ ਤਰ੍ਹਾਂ ਨਹੀਂ ਹੈਗਾ ਕਿਉਂਕਿ ਅਸੀਂ ਪਹਿਲਾਂ ਸਾਰਿਆਂ ਦੀ ਆਵਾਜ਼ ਅਸੀਂ ਸੁਣ ਚੁੱਕੇ ਸੀ ਖਾਸ ਕਰਕੇ ਅਲਬਰਟਾ ਵਿੱਚ ਪੂਰੀ ਜਿਹੜੀ ਆਇਲ ਐਂਡ ਗੈਸ ਇੰਡਸਟਰੀ ਹੈਗੀ ਨਾਟ ਜਸ ਸੀ ਇੰਡਸਟਰੀ ਬਟ ਪੀਪਲ ਇਨ ਬਿਜ਼ਨੈਸਸ ਉਸਾ ਸਾਫ ਸਾਫ ਕਹਿ ਰਹੀ ਸੀ ਕਿ ਸਨੂ ਚੇਂਜ ਚਾਹੀਦੀ ਹੈਗੀ ਆ ਇੱਕ ਤਾਂ ਸਾਡੇ ਟੈਕਸ ਇਸ ਬਹੁਤ ਵਧ ਗਏ ਨੇ ਕਾਰਬਨ ਟੈਕਸ ਦੇ ਉੱਪਰ ਕਾਰਪੋਰੇਟ ਟੈਕਸ ਇਸ ਵੀ ਵਧਾ ਦਿੱਤੀ ਸੀ ਐਨਡੀਪੀ ਸਰਕਾਰ ਦੇ ਉਹ ਆਵਾਜ਼ਾਂ ਆਲਰੇਡੀ ਸਾਡੇ ਤੱਕ ਪਹੁੰਚ ਚੁੱਕੀਆਂ ਸਨ ਹੈਨਾ ਐਂਡ ਵੀ ਵਨ ਦੀ ਇਲੈਕਸ਼ਨ ਬਾਈ ਯੂ ਨੋ ਆ ਵਾਸ ਮੈਜੋਰਿਟੀ ਸੋ ਜਿਹੜੀ ਉਹ ਗੱਲ ਕਰ ਰਹੀ ਸੀ ਆਈ ਥਿੰਕ ਇਟ ਵਾਸ more in the spirit of visi janne he give it albertan sketch on they hega albertan stone we asi jobs wal te aandi asi economy wal te aandi e aur pipelines bare vi sare albertans and a lot of people even across canada realize how important it is to create this important infrastructure uh, tusi carbon tax di gal kiti so question mera e hai tade samne ke carbon tax ki a provincial issue tusi enu samajhde ho ya tusi enu federal issue samajhde ho kyunki ek recent constitutional challenge jada siga federal government ਕਾਰਬਨ ਟੈਕਸ ਬਾਰੇ ਰੀਸ ਹੋਇਆ ਸੀ অর 온ਟਾਰੀਓ ਛੋਇਆ ਸੀ ਜਿਹੜਾ ਕਿ ਅ 온ਟਾਰੀਓ ਕੋਰਟ ਆਫ ਅਪੀਲ ਨੇ ਇਹ ਕਹਿ ਕੇ ਜਿਹੜਾ ਕਾਰਬਨ ਟੈਕਸ ਆ ਉਹਨੂੰ ਰੂਲ ਕੀਤਾ ਕਿ ਇੱਕ ਕਨਸਟੀਟਿਊਸ਼ਨਲ ਆ ਇਨ ਫੇਵਰ ਆਫ 4 ਜਜਸ ਇਨ ਫੇਵਰ ਐਂਡ 1 ਅਗੇਨਸਟ ਸੋ ਤੁਸੀਂ ਕੀ ਸਮਝਦੇ ਹੋ ਕਿ ਇਹ ਪ੍ਰੋਵਿੰਸ਼ੀਅਲ ਇਸ਼ੂ ਆ ਇਹ ਫੈਡਰਲ ਇਸ਼ੂ ਆ ਅਗਰ ਫੈਡਰਲ ਲੈਵਲ ਦੇ ਉੱਤੇ ਐਂਡਰ ਸ਼ੀਅਰ ਪਾਵਰ ਚਾਹੁੰਦੇ ਨੇ ਇਸ ਇਸ਼ੂ ਨੂੰ ਕਿਵੇਂ ਹੱਲ ਕੀਤਾ ਜਾਊਗਾ ਤੰਜੀਵ ਜੀ ਇਹ ਫੈਡਰਲ ਇਸ਼ੂ ਵੀ ਹੈਗਾ ਪ੍ਰੋਵਿੰਸ਼ੀਅਲ ਇਸ਼ੂ ਵੀ ਹੈਗਾ ਮੈਂ ਮੇਰੇ ਸੁਬੇ ਵਾਰੇ ਮੈਂ ਕਹਿ ਸਕਦੀ ਆ ਅਲਬਰਟਾ ਵਿੱਚ ਇਹ ਬਹੁਤ ਹੀ ਵੱਡਾ ਇਸ਼ੂ ਸਿਗਾ ਇਸ ਕਰਕੇ ਸਾਨੂੰ ਐਨੀ ਸਪੋਰਟ ਮਿਲੀ ਸੀ ਔਰ ਹੁਣ ਮੈਂ 온ਟਾਰੀਓ ਦੀ ਵੀ ਗੱਲ ਕਰ ਸਕਦੀ ਹਾਂ ਜਿਹੜੇ ਟਰੱਕਰਸ ਹੈਗੇ ਆ ਉਹਨਾਂ ਨਾਲ ਵੀ ਮੇਰੀ ਥੋੜੀ ਬਾਲੀ ਗੱਲਬਾਤ ਹੋਈ ਸੀ ਤੋਂ ਉਹ ਕਹਿ ਰਹੇ ਸੀ ਵੀ ਉਹਨਾਂ ਦੇ ਖਰਚੇ ਬਹੁਤ ਵੱਧ ਗਏ ਹੈਗੇ ਵਿਦ ਅ ਕਾਰਬਨ ਟੈਕਸ ਐਂਡ ਇਟ ਐਡਸ ਅਪ ਆਲ ਆਫ ðiਸ ਥਿੰਗਸ ਐਂਡ ਇਟ ਅਫੈਕਟਸ ðiਰ ਲਾਈਵਲੀਹੂਡ ਸੋ ਗੋ ਫੋਰਵਰਡ ਆਈ ਥਿੰਕ ਆਮ ਐਂਡਰੂ ਸ਼ੀਅਰ ਆਬਵੀਅਸਲੀ ਵਿਲ ਰੀਵਿਜ਼ਿਟ ðiਸ ਪਾਲਿਸੀ ਐਂਡ ਮੇਰੇ ਹਿਸਾਬ ਨਾਲ ਜਿਹੜਾ ਕਾਰਬਨ ਟੈਕਸ ਹੈਗਾ ਜਿਹੜੀ ਅਸਲੀ ਪ੍ਰੋਬਲਮ ਹੈਗੀ ਆ ਗਲੋਬਲ ਗ੍ਰੀਨ ਹਾਊਸ ਗੈਸ ਦੀ ਮਿਸ਼ਨਸੀ ਇਹ ਕਾਰਬਨ ਟੈਕਸ ਦੇ We need more progressive policies that will deal with greenhouse gas emissions. Uh, no, but important thing is that 2015 ਦੀ ਪੈरिस ਸਾ ਹਾਂਜੀ ਅਗਰ ਕਨਵੈਨਸ਼ਨ ਸੀ ਉਹਦੇ ਵਿੱਚ ਕੰਟਰੀਜ਼ ਨੇ ਇੱਕ ਰਿਸਪਾਂਸਿਬਿਲਟੀ ਲਈ ਸੀ ਕਿ ਅਸੀਂ ਆਪਣੇ ਕਾਰਬਨ ਐਮਿਸ਼ਨ ਜਿਹੜਾ ਉਹਨਾਂ ਨੂੰ ਡਿਕਰੀਸ ਕਰਾਂਗੇ ਔਰ ਉਹਦੇ ਵਿੱਚ ਕੈਨੇਡਾ ਨੇ ਵੀ ਕੁਝ ਆਪਣੀਆਂ ਰਿਸਪਾਂਸਿਬਿਲਟੀਆਂ ਲਈਆਂ ਸੀ ਪਰ ਜੇ ਆਪਾ ਪਲੇਟਫਾਰਮ ਦੇਖੀਏ ਆਪਣਾ ਅੰਡਰਸ਼ੀਅਰ ਦਾ ਤੇ ਉਹਦੇ ਵਿੱਚ ਹੋਲ ਇਹ ਹੈ ਕਿ ਉਹਨਾਂ ਨੇ ਕੋਈ ਕਾਰਬਨ ਦੀਆਂ ਲਿਮਿਟ ਸੈੱਟ ਨਹੀਂ ਕੀਤੀਆਂ ਸੋ ਕੀ ਅਸੀਂ ਆਪਣੇ ਫਿਊਚਰ ਜਿਹੜਾ ਹੈਗਾ ਬੱਚਿਆਂ ਨੂੰ ਇੱਕ ਡੇਂਜਰਸ এনवायरमेंट ਦੇਣਾ ਹੈ ਕਿ ਉਹਨਾਂ ਦੀ ਹੈਲਥ ਉਹਨਾਂ ਦੀ ਸੇਫਟੀ ਜਿਹੜੀ ਹੈ ਉਹਦੇ ਬਾਰੇ ਆਪਾਂ ਕੋਈ ਕਲੀਅਰ ਡਿਸੀਜਨ ਲੈਣ ਨੂੰ ਤਿਆਰ ਨਹੀਂਗੇ ਨਹੀਂ ਗੁੱਡ ਕੁਐਸ਼ਨ ਸੰਜੀਵ ਜੀ ਹਣ ਦੇਖੋ ਜੀ ਜਿਹੜੀ ਗ੍ਰੀਨhouse ਗੈਸ ਦੀ ਮਿਸ਼ਨ ਸੀ ਪ੍ਰੋਬਲਮ ਹੈਗੀ ਹੈ ਇਟਸ ਅ ਗਲੋਬਲ ਪ੍ਰੋਬਲਮ ਇਸ ਤਰ੍ਹਾਂ ਨਾ ਕਿਦੇ ਹੁੰਦਾ ਨਹੀਂ ਵੀ ਜਿਹੜੀਆਂ ਮਿਸ਼ਸ ਹੈਗੀਆਂ ਉਹ ਸਾਡੇ ਬਾਰਡਰ ਤੇ ਰੁਕ ਜਾਣਗੀਆਂ ਹੈਨਾ ਜੇ ਅਸੀਂ ਅੱਛੀ ਤਰ੍ਹਾਂ ਅਸੀਂ ਇਹ ਸੀ ਵੀ ਡਿਡਕਸ਼ਨ ਕਰਨਾ ਚਾਹੁੰਦੇ ਆ ਥੋੜਾ ਜਿਹਾ ਗਲੋਬਲ ਪਰਸਪੈਕਟਿਵ ਚਾਹੀਦਾ ਹੈ ਹਰ ਸਭ ਤੋਂ ਵਧੀਆ ਚੀਜ਼ ਜੋ ਅਸੀਂ ਕਰ ਸਕਦੇ ਹੈਗੇ ਆ ਜਿਹੜੀ ਸਾਡੀ ਨੈਚੁਰਲ ਗੈਸ ਹੈਗੀ ਆ ਜਿਹੜੀ ਅਸੀਂ ਪ੍ਰੋਡਿਊਸ ਕਰਦੇ ਆ ਕੈਨੇਡਾ ਵਿੱਚ ਹਨ ਐਨ ਬੀਸੀ ਐਨ ਅਲਬਰਟਾ ਜਿਹੜੀ ਅ ਕੋਲ ਪ੍ਰੋਡਿਊਸ ਅਮ ਇਲੈਕਟ੍ਰਿਸਿਟੀ ਬੰਦੀ ਹੈਗੀ ਆ ਇਨ ਦਾ ਡਿਵੈਲਪਿੰਗ ਇਕਨੋਮੀਆਂ ਲਾਈਕ ਚਾਈਨਾ ਐਨ ਇੰਡੀਆ ਜੇ ਅਸੀਂ ਉਹਨਾਂ ਨੂੰ ਅਸੀਂ ਆਪਣੀ ਨੈਚੁਰਲ ਗੈਸ ਅਸੀਂ ਪਹੁੰਚਾ ਸਕਦੇ ਹਾਂ ਬਹੁਤ ਫਰਕ ਪਏਗਾ ਇਟਲ ਬ੍ਰਿੰਗ ਡਾਊਨ ਗ੍ਰੀਨ ਹਾਊਸ ਗੈਸ ਇਮਿਸ਼ਨਸ ਟ੍ਰੈਂਡਸਲੀ So, when you talk about this policy or um, making a real change for, uh, for climate policy, it has to involve taking Canadian energy to other parts of the world. Uh, Rajan ji, you talked about India, hai, China, and many other questions. But let's take a commercial break and come back after that. वेलकम बैक दोस्तों प्राइम मिनिस्टर प्रोग्राम ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਅ ਅਲਬਰਟਾ ਤੋਂ ਮਿਨਿਸਟਰ ਆਫ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਰਾਜਨ ਸਾਨੀ ਜੀ ਰਾਜਨ ਜੀ वेलकम बैक थैंक यू ਜੀ वेरी ਪਲੀਜ਼ ਟੂ ਬੀ ਹੇਅਰ ਓਕੇ ਤੁਸੀਂ ਪਿਛਲੇ ਸੈਗਮੈਂਟ ਵਿੱਚ ਗੱਲਬਾਤ ਜਿਸ ਤੁਸੀਂ ਚਾਈਨਾ ਦੀ ਗੱਲ ਕੀਤੀ ਇੰਡੀਆ ਦੀ ਗੱਲ ਕੀਤੀ ਜੇ ਆਪਾਂ ਇਹ ਦੇਖੀਏ ਕਿ ਇਸ ਵੇਲੇ ਜਸਟਿਨ ਟਰੂਡੀ ਜੋ ਸਰਕਾਰ ਹੈ ਉਹਦੇ ਚਾਈਨਾ ਨਾਲ ਰਿਲੇਸ਼ਨਸ ਬੜੇ ਖਰਾਬ ਨੇ ਇੰਡੀਆ ਦੇ ਨਾਲ ਜਦੋਂ ਉਹਨਾਂ ਦੀ ਵਿਜ਼ਿਟ ਹੋਈ ਉਹਦੇ ਵਿੱਚ ਵੀ ਬੜਾ ਨੈਗੇਟਿਵ ਚੀਜ਼ਾਂ ਵਾਪਰੀਆਂ ਇਸ ਦੇ ਨਾਲ ਨਾਲ ਅਮਰੀਕਾ ਨਾਲ ਵੀ ਸਾਡੇ ਰਿਲੇਸ਼ਨਸ ਬਹੁਤ ਜ਼ਿਆਦਾ ਵਧਿਆ ਨਹੀਂ ਹੈ ਅਗਰ ਹਾਂਜੀ ਐਂਜੋ ਸ਼ੇਰ ਦੀ ਗਵਰਨਮੈਂਟ ਆਉਂਦੀ ਹੈ ਕਨਜ਼ਰਵੇਟਿਵ ਗਵਰਨਮੈਂਟ ਆਉਂਦੀ ਹੈ ਤਾਂ ਇਹ ਗਵਰਨਮੈਂਟ ਕਿਵੇਂ ਡਿਫਰੈਂਟਲੀ ਐਕਟ ਕਰੇਗੀ ਇਹ ਕੀ ਡਿਫਰੈਂਟ ਕਰੇਗੀ ਤਾਂ ਕਿ ਇਹ ਮੇਨ 3 ਪਾਵਰਸ ਚਾਹੇ ਉਹ ਚਾਈਨਾ ਹੈ ਚਾਹੇ ਉਹ ਇੰਡੀਆ ਹੈ ਚਾਹੇ ਉਹ ਅਮਰੀਕਾ ਹੈ ਉਹਦੇ ਨਾਲ ਬਹੁਤ ਪੋਜ਼ਿਟਿਵ ਤੇ ਫਰੂਟਫੁੱਲ ਤੇ ਮਿਊਚੁਅਲੀ ਬੈਨੀਫੀਸ਼ੀਅਲ ਰਿਲੇਸ਼ਨਸ਼ਿਪਸ ਹਾਂਜੀ ਦੇਖੋ ਸੰਜੀਵ ਜੀ ਜਿਹੜੇ ਅੱਛੇ ਰਿਲੇਸ਼ਨਸ ਹੈਗੇ ਆ ਭਾਵੇਂ ਫੈਮਿਲੀ ਵਿੱਚ ਹੋਵੇ ਭਾਵੇਂ ਬਿਜ਼ਨਸ ਵਿੱਚ ਹੋਵੇ ਭਾਵੇਂ ਇੰਟਰਨੈਸ਼ਨਲ ਰਿਲੇਸ਼ਨਸ਼ਿਪਸ ਵਿੱਚ ਹੋਵੇ ਬਹੁਤ ਹੀ ਜ਼ਰੂਰੀ ਹੈਗੇ ਆ ਐਂਡ ਜਿਹੜੀ ਨਵੀਂ ਸਰਕਾਰ ਆਏਗੀ ਨਾਕ ਆਨ ਵਡ ਐਂਡਰੂ ਸ਼ੀਰ ਐਸ ਐਸ ਲੀਡਰ ਕਾਫੀ ਸਾਰੀ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਇਹ ਜਿਹੜੇ ਹਨਾ ਇਹ ਰਿਲੇਸ਼ਨਸ਼ਿਪਸ ਡਿਟੇਰੀਓਰੇਟ ਹੋ ਜਾਂਦੇ ਆ ਉਹਨਾਂ ਨੂੰ ਟਾਈਮ ਚਾਹੀਦਾ ਟੂ ਰੀਬਿਲਡ them ਐਂਡ ਆਮ ਕੰਫੀਡੈਂਟ ਇਨ ਦਿ ਲੀਡਰ ਥੈਟ ਹੀਸ ਗੋਇੰ ਟੂ ਟੇਕ ਦੋ ਸਟੈਪਸ ਇੱਕ ਹੋਰ ਕੁਐਸਚਨ ਐ ਮੈਂ ਪੁੱਛਣਾ ਹੈ ਕਿ ਐਸ ਜਿਵੇਂ ਦੇਖਿਓ ਆਟਵਾ ਦੇ ਵਿੱਚ ਜਿਹੜਾ এনवायरमेंट ਆ ਉਹ ਬੜਾ ਡਿਵਾਈਸਿਵ ਆ ਹੈ। ਹਾਂਜੀ। ਔਰ ਕੋਈ ਆਪਸ ਵਿੱਚ ਚਰਲ ਕੇ ਕੰਮ ਕਰਨ ਨੂੰ ਤਿਆਰ ਨਹੀਂ ਆ। ਰਾਈਟ? ਅ ਸੋ ਜੇ ਤੁਹਾਡੀ ਪਾਰਟੀ ਵਿਨ ਕਰਦੀ ਹੈਗੀ ਐ ਇਲੈਕਸ਼ਨਸ ਆ ਜਿਹੜੇ ਐਂਡਰਸ਼ੀਅਰ ਦੀ ਲੀਡਰਸ਼ਿਪ। ਸੋ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਕੰਜਿਨਿਅਲ ਐਟਮੋਸਫੇਅਰ ਬਣਾਓਗੇ? ਸਪੈਸ਼ਲੀ ਲੋਕ ਇਹ ਡਾਊਟ ਕਰਦੇ ਆ ਕਿ ਜਦੋਂ ਜੇਜਸਨ ਕੈਨੀ ਜੀ ਕਹਿ ਸਕਦੇ ਉਹ ਫੈਡਰਲ ਮਿਨਿਸਟਰ ਵੀ ਰਹੇ ਆ ਕਿ ਆ ਅਸੀਂ ਪਰਵਾਹ ਨਹੀਂ ਕਰਨੀ ਕਿਸੇ ਦੀ ਜਾਂ ਅਸੀਂ ਆਪਣੇ ਤਰੀਕੇ ਨਾਲ ਕੰਮ ਕਰਨਾ ਹੈ ਜਾਂ ਅਸੀਂ ਲੋਕਾਂ ਨੂੰ ਨਹੀਂ ਪੁੱਛਣਾ ਜੋ ਮਰਜ਼ੀ ਉਹਨੂੰ ਵਰਡਸ ਦੇ ਦਿਓ ਉਹਦਾ ਮਤਲਬ ਇਹ ਹੈ ਕਿ ਮਾਈ ਵੇ অর ਹਾਈਵੇ ਸੋ ਹਾਊ ਦਾ ਕਨਜ਼ਰਵੇਟਿਵ ਆ ਪਾਰਟੀ ਵਿਲ ਡੇਲ ਮੀ ਦਾ ਮੈਟਰ ਉਹਨੇ ਨਹੀਂ ਇਸ ਤਰ੍ਹਾਂ ਕਿਹਾ ਸੀ ਇਟਸ ਮਾਈ ਵੇ অর ਦਾ ਹਾਈਵੇ ਨਹੀਂ ਉਹਨੇ ਕਿਹਾ ਇਹ ਮੇਰੀ ਇੰਪਲੀਕੇਸ਼ਨ ਹੈ ਬਿਲਕੁਲ ਮੈਂ ਇਸੇ ਕਰਕੇ ਪਹਿਲਾਂ ਹੀ ਵਰਡ ਕਹਿ ਦਿੱਤਾ ਸੀ ਕਿ ਆਪਾਂ ਜਿਵੇਂ ਮਰਜ਼ੀ ਕਰ ਲਈਏ ਪਰ ਉਹਦੀ ਜਿਹੜੀ ਹੈਗੀ ਇੰਪਲੀਸਿਟ मीनिंग ਇਹ ਹੀ ਨਿਕਲਦਾ ਕਿ ਜੋ ਅਸੀਂ ਕਰਨਾ ਹੈ ਉਹ ਸੀ ਕਰਾਂਗੇ ਮੈਂ ਉਹਨੇ ਦੇ ਬਾਰੇ ਇਹ ਕਹਿ ਸਕਦੀ ਹਾਂ ਕਿ ਉਹ ਕਾਫੀ ਕੰਸਲਟੇਸ਼ਨ ਸੋ ਇੰਗੇਜਮੈਂਟ ਰੱਖ ਰਿਹਾ ਹੈ ਇਹ ਤਾਂ ਬਿਲਕੁਲ ਨਹੀਂ ਹੈਗਾ ਮਾਈ ਵੇ অর ਦਾ ਹਾਈਵੇ ਹੀ ਇਸ ਨਾਟ ਲਾਈਕ ਥੈਟ ਐਟ ਆਲ ਐਂਡ ਜੇ ਤੁਸੀਂ ਦੇਖੋ ਉਹਨਾਂ ਨੇ ਅਮ ਪਿਛਲੇ 2 ਮਹੀਨੇ 2 ਮਨਸ ਅਗੋ ਉਹਨੇ ਸਟੇਟ ਦੇ ਪ੍ਰੀਮੀਅਰਸ ਹੈ ਗਿਆ ਅਕ੍ਰਾਸ ਕੈਨੇਡਾ ਹੀਸ ਬੀਨ ਵਰਕਿੰਗ ਵੈਰੀ ਕਲੋਸਲੀ ਵਿਦ them ਵਿਦ ਆ অন্ਟਾਰੀਓ ਨਿਊ ਬਰੰਸਵਿਕ ਅਮ ਸਸਕਾਚੂਨ ਸੋ ਕਾਫੀ ਉਹਨਾਂ ਦੀ ਕੋਆਪਰੇਸ਼ਨ ਬद्दल ਉਹਨਾਂ ਦਾ ਹਮੇਸ਼ਾ ਧਿਆਨ ਰਹਿੰਦਾ ਹੈਗਾ ਔਰ ਜਿਹੜੀ ਤੁਸੀਂ ਗੱਲ ਪੁੱਛੀ ਸੀ ਫੈਡਰਲੀ ਤੁਸੀਂ ਕਿਸ ਤਰ੍ਹਾਂ ਇਹ ਕੋਆਪਰੇਸ਼ਨ ਨਾਲ ਤੁਸੀਂ ਕੰਮ ਕਰੋਗੇ ਇਹ ਥੋੜਾ ਜਿਹਾ ਕਲਚਰ ਬਦਲਣਾ ਪੈਂਦਾ ਹੈਗਾ Our federation is built on understanding that each province brings its own strength, natural resources, social cohesion together. And instead of we have one country, we have provinces and territories, like 13 of them, but we are we are much stronger together. And I think that the Conservative Party understands that, and that is part of the culture. you that we are ਤਜੇ ਆਪਾਂ ਉਸ ਜਿਹੇ ਤੇ ਜਿਹੜੇ ਮਿਸਟਰ ਕੈਨੇਡੀ ਕੈਨੇ ਨੇ ਉਹਨਾਂ ਨੇ ਐਮਫਸਿਸ ਕੀਤਾ ਕਿ ਇਕੁਅਲਾਈਜੇਸ਼ਨ ਰੈਫਰੰਡਮ ਇਨ ਅਲਬਰਟਾ ਡਸ ਯੂ ਗਵਰਨਮੈਂਟ ਪਲਾਨ ਟੂ ਚੈਲੰਜ ਦ ਵੈਰੀ ਪ੍ਰੋਵੀਜ਼ਨ ਆਫ ਇਕੁਅਲਾਈਜੇਸ਼ਨ ਔਨ ਫੈਡਰਲ ਲੈਵਲ ਇਫ ਇਲੈਕਟਿਡ ਟੂ ਪਾਵਰ ਕਿਉਂਕਿ ਜੇ ਆਪਾਂ ਇਹ ਕਹਿੰਦੇ ਕਿ ਅਸੀਂ ਵੱਧ ਟੈਕਸ ਜਿਹੜਾ ਹੈਗਾ ਜਾਂ ਸਾਡਾ ਰੈਵਨਿਊ ਜ਼ਿਆਦਾ ਹੈ ਤੇ ਉਸ ਕਰਕੇ ਸਾਨੂੰ ਇਹਦਾ ਸ਼ੇਅਰ ਜ਼ਿਆਦਾ ਮਿਲਣਾ ਚਾਹੀਦਾ ਜੇ ਕਿਉਂਕਿ ਦਾ ਰੈਵਨਿਊ ਘਟ ਹੈ ਤੇ ਉਹਨਾਂ ਨੂੰ ਘਟ ਮਿਲਣਾ ਚਾਹੀਦਾ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਸਾਰਾ ਦੇਸ਼ ਆ ਤੇ ਦੂਸਰੇ ਪਾਸੇ ਆਪਾਂ ਇਹ ਕਹਿੰਦੇ ਕਿ ਇਕੁਅਲਾਈਜੇਸ਼ਨ ਨੂੰ ਆਪਾਂ ਸਪੋਰਟ ਕਰਦੇ ਹਾਂ ਸੋ ਹਾਊ ਡੂ ਵੀ ਸਟੈਂਡ ਐਜ਼ ਅ ਕੰਟਰੀ ਦੈਟਸ ਅ ਗੁੱਡ ਕੁਐਸਚਨ ਹੁਣ ਜਿਹੜਾ ਹੁਣ ਸਾਡੇ ਸੂਬਾ ਦਾ ਅਲਬਰਟਾ ਦੇ ਜਿਹੜੇ ਹੱਕ ਹੈਗੇ ਉਹਨਾਂ ਵਾਸਤੇ ਤਾਂ ਅਸੀਂ ਲੜਾਂਗੇ ਜ਼ਰੂਰ ਹੁਣ ਜਿਹੜੀ એનર્ਜੀ ਪਾਲਿਸੀਜ਼ ਆ ਰਹੀਆਂ ਫੈਡਰਲੀ ਉਹ ਸਾਡੇ Uh, province but Premier not Jana we will go, we will fight for our rights, absolutely. Um, Prime Minister, but nobody wants to do that. Everybody wants to make sure that we work together. Our former Conservative Prime Minister, uh, Mr. Harper, Han he rejected ji. the idea of pooling revenue from oil extraction into wealth fund to pay social and green initiatives. Norway, however, has collected almost $1 trillion mm -hmm. uh, from its own oil wealth. Where do you stand on Canada creating a national pool to fund social environmental programs uh, from the oil revenue? a revenue. You know, Sanjeev a very complex problem. ਹਨ ਸਾਡੇ ਦੇਸ਼ ਵਿੱਚ ਸਭ ਤੋਂ ਵਧੀਆ ਰਿਸੋਰਸਸ ਹੈਗੇ ਪੂਰੀ ਦੁਨੀਆ ਵਿੱਚ ਹੁਣ ਮੈਂ ਵੀ ਥੋੜੇ ਜਿਹਾ ਨਾ ਹੋਰ ਲੋਕੇਸ਼ਨਸ ਮੈਂ ਟਰੈਵਲਿੰਗ ਕੀਤੀ ਹੋਈ ਆ ਯੂਰਪ ਵਿੱਚ ਮੈਂ ਆਪਰੇਸ਼ਨਸ ਵੀ ਦੇਖੇ ਹੋਏ ਆ ਇਨ ਅਦਰ ਪਾਰਟਸ ਆਫ ਦ ਵਰਲਡ ਜਿਵੇਂ ਕਿ ਕੈਨੇਡਾ ਵਿੱਚ ਅਸੀਂ ਜਿਹੜੀ ਸਾਡੀ ਪ੍ਰੋਡਕਸ਼ਨ ਹੈਗੀ ਆ ਸਭ ਤੋਂ ਵਧੀਆ ਵੈਰੀ ਸਟ੍ਰਿੰਜੈਂਟ এনवायरमेंटਲ ਰੈਗੂਲੇਸ਼ਨਸ ਵੈਰੀ ਰਿਸਪਾਂਸਿਬਲੀ ਐਂਡ ਐਥਿਕਲੀ ਪ੍ਰੋਡਿਊਸ ਪਹਿਲਾਂ ਉਹ ਅਸੀਂ ਕੰਮ ਕਰੀਏ ਹੈਨਾ lets get our pipelines built let's get our energy to our international markets and then we can start thinking what the next steps are going to be ਜੇ ਆਪਾਂ ਅੱਜ ਲੋਕਾਂ ਨੂੰ ਕਹਨੇ ਆ ਕਿ ਅਸੀਂ ਆਹ ਚੀਜ਼ਾਂ ਕਰ ਸਕਦੇ ਆ ਤਾਂ ਉਹਨਾਂ ਦਾ ਜਿਹੜਾ سپورਟ بیس ਹੈਗਾ ਬਹੁਤ ਸਾਰੇ ਲੋਕ ਜਿਹੜੇ ਪਾਈਪਲਾਈਨਸ ਦਾ ਵਿਰੋਧ ਕਰ ਰਹੇ ਆ ਉਹਨਾਂ ਚੋਂ ਕਈ ਜਿਹੜੇ ਹੈਗੇ ਉਹ سپورਟਸ ਆ ਸਕਦੇ ਆ ਆਪਾਂ ਕਿਉਂ ਨਹੀਂ ਆਪਣਾ ਸਟੈਂਡ ਕਲੀਅਰ ਕਰ ਦਿੰਦੇ ਹਾਂਜੀ ਹੁਣ ਅਲਬਰਟਾ ਵਿੱਚ ਅਸੀਂ ਹੁਣ ਕਾਰਬਨ ਟੈਕਸ ਵੀ ਵੀਵ ਐਲੀਮੀਨੇਟਿਡ ਦ ਕਾਰਬਨ ਟੈਕਸ ਬਟ ਇਟ Jede emitters in industry. we are still going to be taxing them. So, jede amtin mildi hegia that will go into green technology. is okay. and there are a number of programs even like um, across the provinces that are investing in, in that green technology. Now, Shear's uh, energy corridor notion consists ji. of building hundred billion dollar pipeline. Which would cut through one of the largest wildlife reserves and blocking the migration routes for uh, uh, many herds. So, some endangered. How would you defend such a plan? I think, Sanjeev, Hamesha, uh, and Jano, they plan to consultation. that the first nations and indigenous and uh, Métis communities are. consultation that engagement or to uh, defend the kandi koi the hege nation building infrastructure projects. There is nothing to defend. it's something to promote, actually. Okay. Um, you are mba. so yes. you have some uh, understanding of uh, economy also. i do, right? i do. so what do you think hope right so. now? Uh, what's the situation of uh, uh, canadian economy? what is its outlook uh, from hmm. your perspective? ਸੋ ਰਾਈਟ ਨਾਓ ਜੀਡੀ ਸਾਡੀ ਇਨਵੈਸਟਰ ਕੌਨਫिडेंस ਹੈਗੀਆ ਸਾਡੇ ਦੇਸ਼ ਵਿੱਚ ਬਿਲਕੁਲ ਘਟ ਗਏ ਹੈਗੇ ਆ ਕਿਉਂਕਿ ਫੈਡਰਲ ਗਵਰਨਮੈਂਟ ਵਾਲੀ ਸਾਈਡ ਤੋਂ ਵੀ ਹਨਾ ਉਹ ਜਿਵੇਂ ਤੁਸੀਂ ਆਪੇ ਕਹਿ ਰਹੇ ਸੀ ਸਾਡੀ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਥੋੜੀ ਜਿਹੀ ਡਿਟੇਰੀਓਰੇਸ਼ਨ ਤੋਂ ਹੋ ਚੁੱਕੀ ਹੈਗੀ ਆ ਇਸ ਕਰਕੇ ਜਿਹੜੇ ਇਨਵੈਸਟਰਸ ਸੋਚ ਰਹੇ ਵੇ ਅਸੀਂ ਕੈਨੇਡਾ ਵਿੱਚ ਅਸੀਂ ਪਾਸੀ ਅਸੀਂ ਪਾ ਸਕਦੇ ਆ ਜਾਂ ਨਹੀਂ ਉਹਨਾਂ ਨੂੰ ਯਕੀਨ ਨਹੀਂ ਹੈਗਾ ਤੇ ਨਾ ਵੀ ਗਵਰਨਮੈਂਟ ਵਿੱਚ ਉਹ ਸਟੈਬਿਲਿਟੀ ਨਹੀਂ ਹੈਗੀ ਸੋ ਇਹ ਥੋੜੀ ਜਿਹੀ ਪ੍ਰੋਬਲਮ ਹੈਗੀ ਆ ਪਰ ਹੁਣ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਸਾਡੇ ਪ੍ਰੀਮੀਅਰ ਸਾਹਿਬ ਵੀ ਪੂਰੀ ਕੋਸ਼ਿਸ਼ ਕਰ ਰਹੇ ਆ ਇਸ ਮੀਟਿੰਗ ਵਿਦ ਇਨਵੈਸਟਰਸ ਐਂਡ ਅਮ ਬਿਜ਼ਨਸ ਪੀਪਲ ਟੂ ਟ੍ਰਾਈ ਟੂ ਬ੍ਰਿੰਗ ਅਮ ਇਨਵੈਸਟਮੈਂਟ ਬੈਕ ਇੰਟੂ ਦ ਪ੍ਰੋਵਿੰਸ ਐਂਡ ਨੈਸ਼ਨਲੀ ਵੀ ਹੈਵ ਟੂ ਡੂ ਦ ਸੇਮ ਥਿੰਗ ਨੈਸ਼ਨਲੀ ਇੱਕ ਕੁਐਸਚਨ ਮੇਰੇ ਮਾਈਂਡ ਵਿੱਚ ਹਮੇਸ਼ਾ ਆਉਂਦਾ ਔਰ ਕੋਈ ਵੀ ਕਨਜ਼ਰਵੇਟਿਵ ਲੀਡਰ ਜਦੋਂ ਇੱਥੇ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਇਹ ਕੁਐਸਚਨ ਜ਼ਰੂਰ ਪੁੱਛਦਾ ਹੈਗਾ ਉਹ ਕੁਐਸਚਨ ਹੈ ਕਿ ਮ ਇਹ ਇੱਕ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਹਨ ਠੀਕ ਹੈ ਉਹਨਾਂ ਨੇ ਲੀਡਰਸ਼ਿਪ ਰੇਸ ਰਨ ਕੀਤੀ ਨਹੀਂ ਜਿੱਤ ਸਕੇ ਪਾਰਟੀ ਛੱਡਤੀ ਉਹ ਕਹਿੰਦੇ ਕਿ ਜਿਹੜੇ ਐਂਡਰੂ ਸ਼ੇਅਰ ਦੀ ਕੰਜ਼ਰਵੇਟਿਵ ਪਾਰਟੀ ਆ ਉਹ ਪਿਓਰ ਕੰਜ਼ਰਵੇਟਿਵ ਨਹੀਂ ਆ ਉਹ ਇਟਸ ਅ ਵੈਰੀ ਮੱਚ ਸੇਮ ਲਾਈਕ ਜਸਟਨ ਟਰੂਡੋਸ ਲਿਬਰਲ ਪਾਰਟੀ ਮੈਂ ਅਸਲੀ ਕੰਜ਼ਰਵੇਟਿਵ ਆ ਮੈਂ ਪਿਓਰ ਕੰਜ਼ਰਵੇਟਿਵ ਆ ਸੋ ਡੋਨਟ ਯੂ ਥਿੰਕ ਕਿ ਔਨਲੀ ਇਲੈਕਸ਼ਨ ਦੇ ਵਿੱਚ ਇਵਨ ਜੇ ਉਹ ਬਹੁਤ ਵੱਡੀ ਵੋਟਸ ਨਾਲ ਹਨ ਇਵਨ 5 ਜਾਂ 7% ਵੋਟ ਵੀ ਲੈ ਜਾਂਦੇ ਆ ਤੇ ਇਹਦੇ ਨਾਲ ਬਹੁਤ ਸਾਰੇ ਕੰਜ਼ਰਵੇਟਿਵ ਕੈਂਡੀਡੇਟਸ ਜਿਹੜੇ ਉਹ ਆਪਣੀਆਂ ਸੀਟਸ ਲੂਜ਼ ਕਰਨਗੇ ਸੋ ਹਾਊ ਯੂ ਰਿਐਕਟ ਟੂ ਮੈਕਸਮ ਬਰਨੀ ਇਹ ਤਾਂ ਬਿਲਕੁਲ ਉਸੇ ਤਰ੍ਹਾਂ ਹੀ ਹੁੰਦਾ ਜਿਵੇਂ ਇੰਡੀਆ 'ਚ ਹੁੰਦਾ ਕਿ ਇੱਕ ਲੀਡਰ ਜਿਹੜਾ ਇੱਕ ਪਾਰਟੀ ਦਾ ਜਿਹੜਾ ਹੁੰਦਾ ਲੀਡਰ ਜਦੋਂ ਉਹਨੂੰ ਪਾਰਟੀ ਲੀਡਰਸ਼ਿਪ ਨਹੀਂ ਮਿਲਦੀ ਪੋਜੀਸ਼ਨ ਨਹੀਂ ਮਿਲਦੀ ਤੇ ਉਹ ਆਪਣੀ ਨਵੀਂ ਪਾਰਟੀ ਖੜੀ ਕਰਦਾ ਹਾਂਜੀ It's is of the majorities that one of the opinion hedges, whether are true conservative, or not true conservative, but I think um am jant janta who's who's following the election and who's doing the research. ਉਹਨਾਂ ਨੂੰ ਪਤਾ ਹੈਗਾ ਵਿਚ ਵੇ ਦੇ ਵਾਂਟ ਟੂ ਗੋ ਹੌਂ ਜਿਹੜੀ ਹੌਂ ਅਥਲੀ ਕੰਸਰਵੇਟਿਵ ਪਾਰਟੀ ਹੈਗੀ ਹੈ ਵਿੱਚ ਜਿਹਦੇ ਐਂਡਰਿਊ ਸ਼ੀਰਸ ਪਾਰਟੀ ਇਟਸ ਬੇਸਡ ਔਨ ਇੰਡੀਵਿਜੂਅਲ ਰਿਸਪੌਂਸਿਬਿਲਟੀ ਫਿਸਕਲ ਪ੍ਰੂਡੈਂਸ ਇਟ ਦੇ ਇਹ ਜਿਸ ਮੈਂ ਹੌਂ ਮੈਂ ਵੀ ਗੱਲਬਾਤ ਕਰਦੀ ਰਹਿੰਦੀ ਆ ਸਾਰਿਆਂ ਨੇ ਸਾਰੇ ਚਾਹੁੰਦੇ ਆ ਵੇ ਜਿਹੜੀ ਸਾਡੀ ਗਵਰਨਮੈਂਟ ਹੋਵੇ ਦੇ ਥੇ ਸ਼ੁੱਡ ਬੀ ਅ ਰਿਸਪੌਂਸਿਬਲ ਫਿਸਕਲੀ ਰਿਸਪੌਂਸਿਬਲ ਗਵਰਨਮੈਂਟ ਅਮ ਰਾਜਨ ਜੀ ਕੁਐਸਚਨਸ ਬਹੁਤ ਸਾਰੇ ਆ ਪਰ ਸਮਝ ਰਹਾ ਹੈਗਾ ਉਹ ਹੋ ਚੁੱਕਾ ਆਲਮੋਸਟ ਹਾਂਜੀ ਕਿਉਂਕਿ ਤੁਸੀਂ ਦੱਸਿਆ ਸ਼ੁਰੂ ਦੇਤੇ ਕਿ ਤੁਸੀਂ ਅਰਪ ਖੰਨਾ ਦੇ ਲਈ ਆਈ ਗੋਵਨ ਨੂੰ ਸਪੋਰਟ ਕਰਨਾ ਹੈ ਹੋ ਅੰਤ ਵਿੱਚ ਤੁਸੀਂ ਅਗਰ ਅਰਪਨ ਖੰਨਾ ਬਾਰੇ ਕੁਝ ਕਹਿਣਾ ਚਾਹੋ ਤਾਂ ਤੁਹਾਡੇ ਆਪਣੇ ਐਕਸਪੀਰੀਐਂਸਸ ਜਾਂ ਤੁਹਾਡਾ ਕੋਈ ਨੌਲੇਜ ਸੋ ਪਲੀਜ਼ ਗੋ ਹੈਡ ਯੂ ਹੈਵ 30 ਸੈਕਿੰਡਸ ਥੈਂਕ ਯੂ ਜੀ ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜਾ ਇਹ ਹੱਕ ਹੈਗਾ ਵੋਟ ਕਰਨ ਵਾਸਤੇ ਬੜਾ ਕੀਮਤੀ ਹੱਕ ਹੈਗਾ But during Sunday's meeting in the Brampton area, Mayor Kerna Tanianke, we need a change. We need somebody who's really well-spoken and well-educated on the issues, and just for this voice, the legislature can be And Arpan Khannaji, who has a lot of experience, he's a very experienced member, and he has a passion and the desire to really serve. the community uh rajan thank you very much for coming <laughs> to thank prime you sanjeev ji thank you ji uh so dosto a e san rajan sani jo ke alberta to aaye han utthe minister han uh community and social services de inna de vichar tusi sune khas karke arpan khanna de naal inna di close association aa inna de leader jo ke jason canney ne ona di vi close association ji. ne uh so uh, thank you very much so, once thank again tusi watch jay. kar rahe ho Sasrikar, prime city television tohada apna tohadey